ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੈਨਵਸ ਦੇ ਉੱਤੇ ਤੁਹਾਡਾ ਸਵਾਗਤ ਹੈ। ਜਿੰਨੀਆਂ ਵੀ ਹੁਣ ਤੱਕ ਵੀਡੀਓਜ਼ ਕੀਤੀਆਂ ਨੇ ਉਹ ਵੱਖ ਵੱਖ ਫੀਲਡ ਦੇ ਲੋਕਾਂ ਨਾਲ ਕੀਤੀਆਂ, ਪਰ ਆਪਣੀ ਫੀਲਡ ਐਜੂਕੇਸ਼ਨ ਹੈ। ਮੈਂ ਸੋਚਿਆ ਕੁਛ ਅਜਿਹੇ ਅਧਿਆਪਕ ਸਹਿਬਾਨ ਨੂੰ ਜ਼ਰੂਰ ਮਿਲਿਆ ਜਾਵੇ ਜਿਨ੍ਹਾਂ ਨੇ ਪੁਰਾਣੇ ਸਮੇਂ 'ਚ ਵੀ ਪੜ੍ਹਾਇਆ, ਵੀ ਮਤਲਬ ਸਨ 70-80 ਦੇ ਦੌਰ 'ਚ ਵੀ, ਉਦੋਂ ਤੋਂ ਲੈ ਕੇ ਤੋਂ ਇਸ ਸਦੀ ਦੇ ਪਹਿਲੇ ਦਹਾਕੇ ਤੱਕ ਵੀ ਪੜ੍ਹਾਇਆ, ਵੀ ਥੋੜ੍ਹਾ ਉਹਨਾਂ ਨੂੰ ਪੁਰਾਣੇ ਔਰ ਅੱਜ ਦੇ ਸਮੇਂ ਦਾ ਵੀ ਪਤਾ ਹੈ, ਬੱਚੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਜਾਵੇ ਮੇਰੇ ਆਪਣੇ ਹੀ ਪਿੰਡ ਬੋਪਾ ਰਾਏ ਦੇ ਵਿੱਚ, ਇੱਕ ਲੰਬਾ ਸਮਾਂ ਪੜ੍ਹਾ ਚੁੱਕੇ 18 ਸਾਲ ਜਿਨ੍ਹਾਂ ਨੇ ਸੇਵਾ ਕੀਤੀ ਸੀ ਸਾਡੇ ਪਿੰਡ ਸਕੂਲ 'ਚ, ਮੈਡਮ ਸ਼ਨੋ ਦੇਵੀ ਜੀ ਦੇ ਨਾਲ। ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਤੇ। ਤੁਹਾਡਾ ਵੀ ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਮੈਂ 18 ਸਾਲ ਪਿੰਡ ਦੇ ਵਿੱਚ ਪੜ੍ਹਾਇਆ, ਤਕਰੀਬਨ ਤੁਸੀਂ 35-36 ਸਾਲ ਸੇਵਾ ਕੀਤੀ ਆ। ਹਾਂਜੀ, ਥੋੜਾ ਸਾਨੂੰ ਦੱਸੋਗੇ ਉਹ ਟਾਈਮ ਕਿੱਦਾਂ ਦਾ ਹੁੰਦਾ ਸੀ ਜਦੋਂ ਤੁਸੀਂ 75-76 ਪੜਾਉਣਾ ਸ਼ੁਰੂ ਕੀਤਾ? ਠੀਕ, ਉਹ ਟਾਈਮ ਇਸ ਤਰ੍ਹਾਂ ਦਾ ਸੀ ਕਿ ਇੱਕ ਲਗਨ ਵਾਲਾ ਟਾਈਮ ਸੀ। ਸਾਡੀ ਹੋੜ ਹੁੰਦੀ ਸੀ ਕਿ ਇੱਕ ਟੀਚਰ ਆਪਣਾ ਜਿਹੜਾ ਪੀਰੀਅਡ ਖਤਮ ਹੋਇਆ ਤੇ ਜਲਦੀ ਨਿਕਲੇ ਤੇ ਜਲਦੀ ਅਸੀਂ ਉੱਚ ਜਾਈਏ। ਵੈਸੇ ਤੇ ਜੋ ਅੱਜ ਕੱਲ ਹੈ ਉਹ ਕਹਿੰਦੇ ਹੋਰ 10 ਮਿੰਟ ਬੈਠ ਜਾਈਏ, ਕੋਈ ਗੱਲ ਨਹੀਂ ਚਲੇ ਜਾਵਾਂਗੇ। ਲੇਕਿਨ ਅਸੀਂ ਉਸ ਟੀਚਰ ਦੇ ਨਾਲ ਵੀ ਕਦੇ ਝਗੜਾ ਕਰੀਦਾ ਸੀ ਕਿ ਮੇਰਾ ਤੂੰ 10 ਮਿੰਟ ਵੇਸਟ ਕਰ ਲਏ। ਮੇਨ ਮੁੱਦਾ ਇਹੀ ਹੈ ਜਿਹੜਾ ਅੱਛੀ ਮਤਲਬ ਲਗਨ ਨਾਲ ਪੜ੍ਹਾਉਂਦਾ ਜੀ। ਅਤੇ ਅਸੀਂ ਮਤਲਬ ਸਾਡੇ ਪੜ੍ਹਾਉਣ ਦਾ ਵੀ ਜਿਹੜਾ ਕਿਸ ਤਰ੍ਹਾਂ ਸੀ ਕਿ ਅਸੀਂ ਬਲੈਕ ਬੋਰਡ 'ਤੇ ਬੱਚਿਆਂ ਨੂੰ ਕਹਿੰਦੇ ਸਰ ਤੁਸੀਂ ਲਿਖੋ, ਜੇ ਗਲਤੀ ਹੁੰਦੀ ਸੀ ਫਿਰ ਅਸੀਂ ਉਹਨਾਂ ਨੂੰ ਦੱਸਦੇ ਸੀ। ਅਤੇ ਰਾਈਟਿੰਗ ਜਿਹੜੀ ਹੈ ਸੁੰਦਰ ਤੋਂ ਸੁੰਦਰ ਰਾਈਟਿੰਗ ਹੋਣੀ ਚਾਹੀਦੀ ਟੀਚਰ ਦੀ। ਜੇ ਟੀਚਰ ਦੀ ਰਾਈਟਿੰਗ ਹੀ ਗੰਦੀ ਹੈ ਤਾਂ ਬੱਚਿਆਂ ਨੇ ਤਾਂ ਫੋਲੋ ਕਰਨਾ ਅਤੇ ਬੱਚੇ ਵੀ ਗੰਦੀ ਰਾਈਟਿੰਗ ਕਰਨਗੇ। ਅਤੇ ਕਿਉਂ ਨਾ ਅਸੀਂ ਸੋਚਿਆ ਸੀ, ਇੱਕ ਮੇਰੀ ਰਾਈਟਿੰਗ ਇਸ ਤਰ੍ਹਾਂ ਦੀ ਸੀ ਕਿ ਕਾਫੀ ਦੂਰ ਤੋਂ ਪੜ੍ਹੀ ਜਾ ਸਕਦੀ ਸੀ। ਅੱਛਾ ਜੀ। ਮੈਂ ਚੌਕ ਨੂੰ ਇਸ ਤਰ੍ਹਾਂ ਕਰ ਲੈਂਦੀ ਸੀ ਥੋੜ੍ਹਾ ਅੱਗੋਂ ਤੋੜ ਕੇ ਕਿ ਮੋਟਾ ਜਿਹਾ ਚੌਕ ਮੋਟਾ ਹੋਵੇ, ਜਿਸ ਤਰ੍ਹਾਂ ਕਲਮ ਨਾਲ ਬੱਚੇ ਲਿਖਦੇ ਇਸ ਤਰ੍ਹਾਂ ਮੇਰਾ ਸੀ। ਅਤੇ ਸ਼ੌਂਕ ਹੋਣਾ ਚਾਹੀਦਾ ਹੈ ਹਰ ਟੀਚਰ ਦੇ ਵਿੱਚ, ਸਾਨੂੰ ਸਭ ਨੂੰ ਸ਼ੌਂਕ ਸੀ। ਇਹ ਮੈਂ ਆਪਣੀ ਨਹੀਂ ਗੱਲ ਕਰਦੀ, ਮੈਂ ਸਭ ਦੀ ਗੱਲ ਕਰਦੀ ਹਾਂ ਜਿੰਨੇ ਟੀਚਰ ਪੜ੍ਹਾਉਣ ਵਾਲੇ ਸੀ, ਮੈਥ ਵਾਲੇ ਜਾਂ ਸੋਸ਼ਲ ਸਟੱਡੀ ਵਾਲੇ ਜਾਂ ਇੰਗਲਿਸ਼ ਵਾਲੇ, ਸਾਡੇ ਸਭ 'ਚ ਲਗਨ ਸੀ। ਮੈਂ ਜਿੰਨੇ ਵੀ ਬੱਚੇ ਤੁਹਾਡੇ ਕੋਲ ਮੇਰੇ ਪਿੰਡ ਦੇ ਪੜ੍ਹੇ ਨੇ, ਮੇਰੇ ਤਾਂ ਵੱਡੇ ਹੀ ਆ ਸਾਰੇ, ਤਾਂ ਉਹਨਾਂ ਤੋਂ ਤੁਹਾਡਾ ਨਾਮ ਬੜਾ ਸੁਣਿਆ। ਉਹ ਨਾਮ ਲੈਂਦੇ ਹੁੰਦੇ ਸੀ, ਖਾਸ ਤੌਰ 'ਤੇ ਮਾਸਟਰ ਸੇਵਾ ਸਿੰਘ ਹੁਣਾਂ ਦਾ ਨਾਮ ਔਰ ਤੁਹਾਡਾ ਨਾਮ, ਮੈਂ ਇਹ ਦੋ ਅਧਿਆਪਕ ਸਾਹਿਬਾਨ ਦਾ ਨਾਮ ਬਹੁਤ ਸੁਣਿਆ ਉਹਨਾਂ ਕੋਲ। ਮੈਂ ਤੁਹਾਡੇ ਸੁਭਾਅ ਬਾਰੇ ਸੁਣਿਆ ਸੀ ਕਿ ਤੁਸੀਂ ਸੁਭਾਅ ਬੜਾ ਸਖਤ ਸੀ, ਇਹ ਸੱਚਾਈ ਕਿੰਨੀ ਹੈ, ਸੱਚੀ ਆ ਜਾਂ? ਦੇਖੋ ਜੀ, ਜਿਹੜੇ ਬੱਚੇ ਤਾਂ ਥੋੜ੍ਹੇ ਕਮੀ ਸੀ ਪੜ੍ਹਾਈ 'ਚ, ਉਹਨਾਂ ਬਾਰੇ ਮੈਂ ਸਖਤ ਸੀ। ਜਿਨ੍ਹਾਂ ਦੇ ਪੜ੍ਹਾਈ ਅੱਛੀ ਕਰਦੇ ਸੀ ਉਹਨਾਂ ਨਾਲ ਮੈਂ ਮਤਲਬ ਸਿਰਫ ਉਹਨਾਂ ਨੂੰ ਸੁਧਾਰਨ ਵਾਸਤੇ ਅਸੀਂ ਸਖਤ ਹੁੰਦੇ ਹਾਂ। ਇੱਕ ਮਾਂ ਹੈ, ਬੱਚਾ ਮਿੱਟੀ ਖਾ ਰਿਹਾ, ਜੋ ਸਖਤ ਨਹੀਂ ਹੋਏਗੀ ਤਾਂ ਕੀ ਕਰੇਗੀ, ਮਨਾ ਕਰੇਗੀ ਨਾ ਬੱਚੇ ਨੂੰ। ਇਸ ਕਰਕੇ ਸਾਡਾ ਇਹ ਸਾਡਾ ਫਰਜ਼ ਸੀ ਕਿ ਅਸੀਂ ਸਖਤੀ ਦੇ ਨਾਲ ਵੀ ਉਹਨਾਂ ਨੂੰ 100% ਰਿਜ਼ਲਟ ਦਵਾ ਸਕੀਏ। ਵਾਹ, ਬੱਚੇ ਮੰਨਦੇ ਸੀ ਕਹਿਣਾ? ਬਿਲਕੁਲ ਬਿਲਕੁਲ। ਖਾ ਲੈਂਦੇ ਸੀ ਡੰਡੇ ਵੀ? ਡੰਡੇ ਨਹੀਂ, ਮੈਂ ਪਤਾ ਨਹੀਂ ਮੇਰਾ ਮਤਲਬ, ਜੇ ਮੈਂ ਕਲਾਸ ਲਿੱਤੀ ਹੋਈ ਹੈ ਕੋਈ ਬੱਚਾ ਸਿਰ ਖਿਲਾ ਰਿਹਾ ਤੇ ਮੈਂ ਘੂਰ ਕਰ ਜ਼ਰੂਰ ਦੇਖਣਾ। ਘੂਰ ਮੰਨ ਜਾਂਦੇ ਸੀ, ਫਿਰ ਇਸ ਤਰ੍ਹਾਂ ਇਸ਼ਾਰਾ ਕਰਨਾ, ਉਹਨੇ ਜਲਦੀ ਸਿਰ ਬੈਠ ਜਾਣਾ। ਕਈ ਵਾਰ ਬੱਚੇ ਕਹਿੰਦੇ ਨਾ ਗੱਲਬਾਤ ਕਰਨ ਲੱਗ ਜਾਂਦੇ ਆਪਸ 'ਚ ਵੀ, ਟੀਚਰ ਪੜ੍ਹਾ ਰਿਹਾ। ਮੈਂ ਸੱਚਮੁੱਚ ਇਸ ਗੱਲ ਨੂੰ ਵਿਸ਼ਵਾਸ ਕਰੋ ਕਿ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਦੀ। ਮੇਰਾ ਇਸ ਤਰ੍ਹਾਂ ਕਰਕੇ ਧਿਆਨ ਹੁੰਦਾ ਸੀ ਜੇ ਬੱਚਾ ਇਸ ਤਰ੍ਹਾਂ ਤਾਂ ਗੱਲ ਕਰ ਰਿਹਾ ਤੇ ਮੈਨੂੰ, ਮੈਂ ਜ਼ਰੂਰ ਉਹਦੇ ਵੱਲ ਵਾਰ ਵਾਰ ਦੇਖਣਾ ਘੂਰ ਕੇ। ਬੱਚੇ ਉਸ ਟਾਈਮ 'ਚ ਸੱਚੀ ਮੁੱਚੀ ਅਧਿਆਪਕਾਂ ਦੀ ਇੱਜ਼ਤ ਕਰਦੇ ਸੀ ਜਾਂ ਤੁਹਾਨੂੰ ਲੱਗਦਾ ਦਿਖਾਵਾ ਤਾਂ ਨਹੀਂ ਸੀ? ਦੇਖੋ ਜੀ, ਸਾਰੇ ਬੱਚੇ ਇੱਜ਼ਤ ਨਹੀਂ ਕਰਦੇ, ਕੁਛ ਬੱਚੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਨਹੀਂ ਪੜ੍ਹਨਾ ਚਾਹੁੰਦੇ, ਉਹ ਬਾਕੀਆਂ ਨੂੰ ਵੀ ਡਿਸਟਰਬ ਕਰਦੇ ਆ। ਉਹਨਾਂ ਨੂੰ ਮੈਂ ਅਲੱਗ ਬੁਲਾ ਕੇ ਵੀ ਤੂੰ ਤਾਂ ਮੇਰਾ ਬੇਟਾ ਹੈ, ਤੂੰ ਤਾਂ ਮੇਰਾ ਇਹ ਹੈ, ਤੂੰ ਤਾਂ ਮੇਰਾ, ਇਸ ਤਰ੍ਹਾਂ ਕਰਕੇ ਵੀ ਵਰਲਾ ਕੇ ਵੀ ਉਹਨਾਂ ਨੂੰ ਠੀਕ ਕਰ ਸਕਦੇ ਆ। ਇਸ ਕਰਕੇ ਜਿਸ ਤਰ੍ਹਾਂ ਹੁਣ ਤੁਸੀਂ ਸੇਵਾ ਸਿੰਘ ਜੀ ਦੀ ਵੀ ਗੱਲ ਕੀਤੀ ਹੈ, ਉਹ ਵੀ ਬੜੇ ਅੱਛੇ ਸੀ। ਉਹਨਾਂ ਨੇ ਇੱਕ, ਉਹਨਾਂ ਦਾ ਇੱਕ ਹੋਰ ਤਰੀਕਾ ਸੀ ਕਿ ਉਹ ਪਰਚੀ ਜਿਹੀ ਨਾ, ਜਿਸ ਤਰ੍ਹਾਂ ਗ੍ਰਾਮਰ ਦੇ ਯਾਦ ਕਰਨਾ ਹੈ ਡਿਗਰੀ ਜਾਂ ਭੁੱਲ ਗਿਆ, ਉਹ ਨਾ ਇੰਨੀ ਦੀ ਪਰਚੀ ਪਾ ਲੈਂਦੇ ਸੀ। ਅਸੀਂ ਜਦੋਂ ਉਹ ਦੇਖਿਆ ਵੀ ਉਹ ਇੰਨੀ ਮਿਹਨਤ ਕਰਦੇ ਆ ਤੇ ਅਸੀਂ ਕਿਉਂ ਨਾ ਕਰੀਏ, ਅਸੀਂ ਆਪਣਾ ਤਰੀਕਾ ਵਰਤ ਲਿਆ। ਵਾਹ ਵਾਹ, ਇੱਕ ਅਧਿਆਪਕ ਦੂਸਰੇ ਅਧਿਆਪਕ ਤੋਂ ਵੀ ਪ੍ਰੇਰਣਾ। ਬਿਲਕੁਲ, ਮੈਥ ਵਾਲੇ ਸੀ ਸ਼ਰਮਾ ਜੀ,
अच्छा जी। वो भी बड़े अच्छे सी। बाकी टीचर वैसे सुरजीत कौर सी, वो भी मेहनती सी, मतलब ऐ नहीं कि मैं ही कली मेहनती सी, बाकी भी मेहनती। साडा जिहड़ा उस टाइम स्टेप चल रहा सी ना, जिहड़ा टाइम चल रहा सी, ओहदे विच काफी टीचर जिहड़े सी असीं मेहनती सी। हाँ कुछ हो भी सकदे आ, मतलब दबका वैसे पूरा चलता ही, बच्चे राह बदल लेंदे होणे मैनु लगदा जी इस हिसाब नाल। नहीं राह नहीं बदलदे। एक चुटकला साडे पिंड ना मशहूर सीगा, मैं तुहानू दसदा, तुसीं तां सुणिया शायद होवे, मैनू नहीं पता इह च किन्नी सच्चाई है कि नहीं, पर इह अपने आप च गल बड़ी, बाद च लोक असीं हसदे हुंदे सी इस गल नूं सुण के। एक बच्चे ने कहिंदे तुहाडी क्लास दे विच आवाज़ कुछ बोल दिता होएगा भी, है ना, शरारत कर देंदे बच्चे, तुसीं कुछ लिख रहे सी, ਉਹ ਕਹਿੰਦੇ ਮੈਮ ਨੇ ਪਹਿਲੇ ਬੱਚੇ ਨੂੰ ਪੁੱਛਿਆ ਬੈਂਚ ਦੇ ਬੈਠੇ ਨੂੰ, ਬਈ ਹਾਂ ਬੇਟਾ ਤੂੰ ਕੁਛ ਬੋਲਿਆ? ਉਹ ਕਹਿੰਦਾ ਜੀ ਮੈਂ ਨੀ ਜੀ, ਪਿਛਲੇ ਨੇ ਬੋਲਿਆ। ਤੋ ਪਿਛਲੇ ਨੂੰ ਪੁੱਛਿਆ, ਉਹ ਕਹਿੰਦੇ ਨੇ ਮੈਂ ਨੀ ਜੀ, ਪਿਛਲੇ ਨੇ ਬੋਲਿਆ। ਤੋ ਮੈਡਮ ਕਹਿੰਦੇ ਕਰਦੇ ਕਰਦੇ ਅਖੀਰਲੇ ਬੱਚੇ ਤੇ ਚਲ ਗਿਆ, ਤੋ ਉਹ ਇੰਨਾ ਡਰਿਆ ਹੋਇਆ ਸੀ, ਉਹ ਕਹਿੰਦਾ ਜੀ ਮੈਂ ਨੀ ਕੀਤਾ, ਪਿਛਲੇ ਨੇ ਕੀਤਾ। ਤੋ ਮੈਡਮ ਨੇ ਕੰਨ ਤੇ ਮਾਰਿਆ, ਕਹਿੰਦੇ ਤੇਰੇ ਪਿਛੇ ਦੇ ਕੋਈ ਵੀ ਨੀ। ਇਹ ਸੱਚੀ ਗੱਲ ਹੈ, ਹੋ ਸਕਦਾ ਸੱਚੀ ਹੋਵੇ। ਬੱਚਿਆਂ ਦਾ ਸ਼ਰਾਰਤੀ ਮਨ ਵੀ ਹੁੰਦਾ ਨਾ। ਅੱਛਾ ਜੀ। ਇਸ ਕਰਕੇ ਉਹਨਾਂ ਨੂੰ ਸਿਰਫ ਸ਼ਰਾਰਤ ਨਾਲ ਹੁੰਦਾ, ਉਹਨਾਂ ਨੇ ਨਹੀਂ ਹੁੰਦਾ ਸਾਡੇ ਪਿੱਛੇ ਕੋਈ ਬੈਠਾ ਕਿ ਨਹੀਂ ਬੈਠਾ। ਮੈਂ ਇੱਕ ਛੋਟੀ ਜਿਹੀ ਗੱਲ ਸੁਣਾਵਾਂ ਤੁਹਾਨੂੰ ਜੀ, ਜੀ, ਜੀ। ਕਿ ਮੈਂ ਨਾ ਦੋਹੇ ਪੜ੍ਹਾ ਰਹੀ ਸੀ ਤੁਹਾਡਾ ਕੰਟੀਨ ਦੇ ਨਾਲ, ਜਿਹੜਾ ਪਹਿਲਾ ਕਮਰਾ ਹੈ ਉਹਦੇ। ਠੀਕ ਹੈ, ਠੀਕ ਹੈ। ਅਤੇ ਮੈਨੂੰ ਦੋਹੇ ਪੜ੍ਹਾਉਣ 'ਚ ਬੜਾ ਅੱਛਾ ਲੱਗਦਾ ਹੈ, ਅਤੇ ਉਹਦਾ ਮੈਂ ਅਰਥ ਵੀ ਦੱਸ ਰਹੀ ਸੀਗੀ। ਅਤੇ ਇਕਬਾਲ ਸਿੰਘ ਉਦੋਂ ਡੈਪਟੀ ਡੀਓ ਹੁੰਦੇ ਸੀਗੇ, ਬੜੇ ਉਹ ਇਮਾਨਦਾਰ ਸੀ, ਬਹੁਤ ਜ਼ਿਆਦਾ, ਕਿਸੇ ਨੂੰ ਇੰਨਾ ਡਾਂਟ ਨਹੀਂ ਸੀ, ਲੋਕ ਡਰਦੇ ਬਹੁਤ ਸੀ ਉਹਨਾਂ ਤੋਂ, ਲੇਕਿਨ ਵੈਸੇ ਮੈਂ ਦੇਖਿਆ ਸੀ ਬਹੁਤ ਇਮਾਨਦਾਰ ਸੀ, ਬੜੇ ਅੱਛੇ ਸੀ। ਮੈਂ ਤਾਂ ਪੜ੍ਹਾਈ ਜਾਂਦੀ ਹਾਂ ਖੜ੍ਹੀ ਹੋ ਕੇ, ਅਤੇ ਮੇਰੇ ਪਿੱਛੋਂ ਦੀ ਲੰਘ ਕੇ, ਅਤੇ ਉਹ ਲੰਘ ਗਏ ਮੇਰੇ ਕੋਲੋਂ, ਲੰਘ ਕੇ ਅਤੇ ਲਾਸਟ ਵਾਲੀ ਸੀਟ 'ਤੇ ਬੈਠ ਗਏ, ਉਹ ਖਾਲੀ ਸੀ। ਅੱਛਾ, ਉਹ ਜਿਹੜਾ ਦੋਹਾਂ ਪੜ੍ਹਾ ਰਹੀ ਸੀ, ਅਤੇ ਮੈਨੂੰ ਨਾ ਜਿਹੜਾ ਮੈਂ ਦੇਖਿਆ ਇਸ ਤਰ੍ਹਾਂ, ਮੈਂ ਨਜ਼ਰ ਮਾਰੀ ਅਤੇ ਉਹ ਇਕਬਾਲ ਸਿੰਘ ਜੀ ਬੈਠੇ ਹੋਏ, ਅਤੇ ਮੈਂ ਜਿਹੜਾ ਥੋੜ੍ਹੀ ਜਿਹੀ ਡਰ ਗਈ। ਉਹਨਾਂ ਨੇ ਮੈਨੂੰ ਕੀ ਸ਼ਬਦ ਕਹੇ, ਬੇਟਾ ਮੈਨੂੰ ਵੀ ਬੜਾ ਆਨੰਦ ਆ ਰਿਹਾ ਤੂੰ ਪੜ੍ਹਾਈ ਜਾ। ਅਤੇ ਜਿਹੜੀ ਚੀਜ਼ ਨੂੰ ਅਸੀਂ ਪੜ੍ਹਾ ਰਹੇ ਹਾਂ, ਕੋਈ ਕਵਿਤਾ ਪੜ੍ਹਾ ਰਹੇ ਹਾਂ, ਕੁਛ ਪੜ੍ਹਾ ਰਹੇ ਹਾਂ, ਜੇ ਉਹਦੇ ਨਾਲ ਰਿਲੇਟਿਡ ਸਾਨੂੰ ਕੋਈ ਗੱਲ ਯਾਦ ਹੈ, ਕੋਈ ਕਹਾਣੀ ਯਾਦ ਹੈ, ਜਿਸ ਤਰ੍ਹਾਂ ਮਹਾਤਮਾ ਬੁੱਧ ਵਾਲੀ ਕਹਾਣੀ ਸੀ ਕਿ ਤੀਰ ਮਾਰਿਆ ਤੂੰ ਬਖਸ਼ੀ ਨੂੰ, ਉਹਦੀ ਮਦਦ ਕੀਤੀ, ਠੀਕ ਹੈ। ਅਤੇ ਉਹਦੇ ਨਾਲ ਹੋਰ ਵੀ ਰਿਲੇਟਿਡ ਕਈ ਸੀ, ਮਤਲਬ ਕਹਾਣੀਆਂ ਸੀਗੀਆਂ। ਅਸੀਂ ਮੈਂ ਇਸ ਤਰ੍ਹਾਂ ਕਰਦੀ ਸਾਂ ਕਿ ਜੇ ਮੰਨ ਲਓ ਪੜ੍ਹਾ ਚੁੱਕੀ ਹਾਂ, ਅਤੇ ਮੈਂ ਪੜ੍ਹਾਉਣ ਤੋਂ ਬਾਅਦ ਚੁੱਪ ਨਹੀਂ ਬੈਠਣਾ, ਮੈਂ ਉਹਨਾਂ ਨੂੰ ਉਹਨਾਂ ਨਾਲ ਰਿਲੇਟਿਡ ਵੀ ਕੋਈ ਗੱਲ ਸੁਣਾ ਦੇਣੀ ਹੈ ਜਿਹੜੀ ਇੰਟਰਸਟਿੰਗ ਹੋਵੇ। ਇਸ ਕਰਕੇ ਬੱਚੇ ਖੁਸ਼ ਸੀ। ਹਲੇ ਵੀ ਮੈਨੂੰ ਆਦਤ ਸੀ ਕਿ ਮੈਂ ਚਾਹੇ ਹੈ, ਮੈਂ ਜੇਕਰ ਮੈਨੂੰ ਉਹਦੇ ਬਾਰੇ ਨੌਲੇਜ ਹੈ ਹੋਰ ਉਹਦੇ ਨਾਲ ਰਿਲੇਟਿਡ, ਅਤੇ ਕਿਉਂ ਨਾ ਬੱਚੇ ਨੂੰ ਹੋਰ ਗਿਆਨ ਦਿੱਤਾ ਜਾਏ, ਫਿਰ ਉਹ ਬੱਚਿਆਂ ਨੂੰ ਲੱਗਦਾ ਸੀ ਕਿ ਬੜਾ ਇੰਟਰਸਟਿੰਗ ਹੈ। ਕਦੀ ਕਦੀ ਮੈਂ ਕਹਾਣੀ ਵੀ ਸੁਣਾ ਦਿੰਦੀ ਸਾਂ, ਅਤੇ ਉਹਦੇ ਕਰਕੇ ਬੱਚੇ ਜਿਹੜੇ ਸੀ ਨਾ, ਜੇ ਮੈਂ ਕਹਿੰਦਾ ਨਾ ਤਾਂ ਮੈਂ ਕਹਾਣੀ ਸੁਣਾਉਂਗੀ ਜੇ ਤੁਸੀਂ ਇਹ ਚੀਜ਼ ਯਾਦ ਕਰਕੇ ਆਓਗੇ। ਅੱਜ ਕੱਲ੍ਹ ਸਮਾਂ ਬਦਲ ਗਿਆ, ਤੁਸੀਂ 2009 ਤੱਕ ਪੜ੍ਹਾਇਆ, ਤੁਸੀਂ ਦੇਖ ਹੀ ਲਿਆ ਹੋਊਗਾ, 2009 ਤੱਕ ਆਉਂਦਿਆਂ ਆਉਂਦਿਆਂ ਸਮਾਂ ਉਹ ਆ ਗਿਆ ਸੀ ਕਿ ਤੁਸੀਂ ਬੱਚੇ ਨੂੰ ਦਬਕ ਕੀ ਘੂਰ ਵੀ ਨਹੀਂ ਸਕਦੇ, ਕੁਛ ਨਹੀਂ ਕਹਿਣਾ, 8ਵੀਂ ਤੱਕ ਅਸੀਂ ਬੱਚਾ ਫੇਲ ਨਹੀਂ ਕਰਨਾ। ਪਹਿਲੇ ਨੰਬਰ ਤੇ ਜਿਹੜਾ ਬੱਚਾ ਨਹੀਂ ਸੀ ਹੁੰਦਾ ਕੋਈ ਫੇਲ ਨਹੀਂ ਕਰਨਾ, ਹੁਣ ਇਹ ਗਲਤ ਗੱਲ ਹੈ। ਹਾਂ, ਤੁਹਾਨੂੰ ਲੱਗਦਾ ਕਿ ਇਹ ਗਲਤ ਹੈ? ਬਿਲਕੁਲ। ਕਿਉਂ? ਕੁਝ ਸਾਲਾਂ ਬਾਅਦ ਇਹੀ ਗੱਲ ਹੋਵੇ, ਉਹ ਜ਼ਮਾਨਾ ਆ ਗਿਆ ਕਿ ਉਹ ਕਹਿੰਦੇ ਜੀ 8ਵੀਂ ਇੱਕ ਵਾਰੀ ਬੋਰਡ ਦੀ ਨਹੀਂ ਸੀ, ਸਾਰੀ ਪਾਸ ਕਰਤੀ। ਅਸੀਂ ਕਲਪੀਏ ਲੜੀਏ ਕਿ ਬਈ ਨਹੀਂ ਕਰੋ, ਕਿ ਅੱਗੋਂ 9 ਤੁਸੀਂ ਕਿੱਦਾਂ ਪੜ੍ਹਾਓਗੇ, ਅੱਗੋਂ ਅਗਲੀ ਕਲਾਸ ਕਿਸ ਤਰ੍ਹਾਂ ਪੜ੍ਹਾਓਗੇ ਨਾ, 7ਵੀਂ ਨੂੰ ਸਾਰੀ ਪਾਸ ਕਰਤਾ ਇੱਕ ਮਾਸਟਰ ਸੀਗੇ ਉਹ, ਅੱਛਾ ਬਿਲਕੁਲ। ਅਤੇ ਉਹਨਾਂ 'ਤੇ ਸਾਨੂੰ ਲੱਗਦਾ ਸੀ ਵੀ ਇਹ ਨਾ ਅਨਿਆਏ ਕਰ ਰਹੇ ਆ, ਪਰ ਸਾਡਾ ਬਸ ਚੱਲਦਾ ਨਹੀਂ ਸੀ ਕਦੀ ਵੀ ਅਨਿਆਏ, ਸ਼ਿਕਸ਼ਾ ਨਾਲ ਅਨਿਆਏ ਨਾ ਕਰੋ। ਦਬਕ ਵੀ ਨਹੀਂ ਹੋ ਸਕਦੇ, ਘੂਰ ਵੀ ਨਹੀਂ ਦੇ ਸਕਦੇ, ਨਹੀਂ ਘੂਰ ਨਹੀਂ ਦੇ ਸਕਦੇ, ਲੇਕਿਨ ਅਸੀਂ ਪਿਆਰ ਨਾਲ ਸਮਝਾ ਜ਼ਰੂਰ ਸਕਦੇ ਹਾਂ। ਬੱਚੇ ਨਹੀਂ ਸੁਣਦੇ? ਸੁਣਦੇ ਆ, ਮੈਂ ਉਹਦਾ ਵੀ ਨਾ ਕਰਾਂਗੀ, ਸੁਣਦੇ ਆ। ਅੱਛਾ ਜੀ, ਮੈਂ ਹਾਲੇ ਤੱਕ ਵੀ ਇੱਥੇ ਜੇ ਕੋਈ ਗਲਤ ਵੀ ਕੋਈ ਘਟਨਾ ਦਿਸਣ ਲੱਗਦੀ ਸੀ ਕਿ ਹੋਣ ਵਾਲੀ ਹੈ, ਮੈਂ ਕਲਾਸ ਸਟਾਫ 'ਚ ਕਹਿ ਦੇਣਾ ਹੋ ਜਾਣਾ, ਗਲਤ ਕੰਮ ਹੋ ਜਾਣਾ, ਫਿਰ ਮੈਨੂੰ ਕਹਿੰਦਾ ਕੁੜੀ ਹੈ, ਮੁੰਡਿਆਂ ਨੂੰ ਕਹਿੰਦਾ ਮੈਂ ਤੁਹਾਡੀ ਮਾਵਾਂ ਵਰਗੀ ਹਾਂ, ਮੈਂ ਤੁਹਾਡੀ ਮਾਵਾਂ ਵਰਗੀ ਹਾਂ, ਕੁੜੀਆਂ ਨੂੰ ਇਹ ਕਹਿਣਾ, ਦੇਖ ਮੈਂ ਤੈਨੂੰ ਆਪਣਾ ਬੱਚਾ ਸਮਝ ਕੇ ਸਮਝਾ ਰਹੀ ਹਾਂ। ਸਮਝਦੇ ਆ ਬੱਚੇ, ਕਿਉਂ ਨਹੀਂ ਸਮਝਦੇ? ਚਲੋ ਤੁਸੀਂ ਕਦਮ ਉਠਾਓ ਤਾਂ ਸਹੀ, ਅਤੇ ਅਸੀਂ ਕਦਮ ਹੀ ਨਹੀਂ ਉਠਾਉਂਦੇ, ਚੱਲ ਕੀ ਹੋ ਗਿਆ, ਫਿਰ ਕੀ ਹੋ ਗਿਆ, ਅਸੀਂ ਕੀ ਲੈਣਾ ਦੇਣਾ ਇਹਨਾਂ ਤੋਂ, ਅਸੀਂ ਕਹਿੰਦੇ ਕੀ ਲੈਣਾ ਦੇਣਾ, ਠੀਕ ਹੈ ਨਾ। ਫਿਰ ਤੁਸੀਂ ਇਸ ਤਰ੍ਹਾਂ ਨਾ, ਕੋਈ ਵੀ ਮੈਂ ਤਾਂ ਕਹਿੰਦੀ ਹਾਂ ਕਿਸੇ ਅਧਿਆਪਕ ਨੂੰ ਵੀ ਅਨਿਆਏ ਨਾ ਕਰੋ ਬੱਚਿਆਂ ਦੇ ਨਾਲ, ਸੱਚਾਈ ਨਾਲ ਪੜ੍ਹਾਓ, ਸੱਚਾਈ ਨਾਲ। ਸਿੱਖਿਆ ਖੇਤਰ 'ਚ ਬਦਲਾਅ ਆ ਗਿਆ? ਹਾਂਜੀ ਆ ਗਿਆ। ਜਿਹੜੇ ਚੇਂਜਸ ਆਏ ਆ, ਕੁਛ ਚੰਗੇ ਵੀ ਆਏ ਹੋਣਗੇ, ਕੁਛ ਮਾੜੇ ਵੀ ਆਏ ਹੋਣਗੇ,
ਤੁਹਾਨੂੰ ਕੀ ਲੱਗਦਾ ਕਿਹੜਾ ਚੰਗਾ ਹੋਇਆ ਤੇ ਕਿਹੜਾ ਮਾੜਾ ਹੋਇਆ? ਇੱਕ ਚੰਗਾ ਤੇ ਇਹ ਹੋਇਆ ਕਿ ਜਿਸ ਹੁਣ ਮੈਂ ਤੇ ਉਸ ਟਾਈਮ ਦੀ ਨਹੀਂ ਹੈਗੀ ਪਰ ਮੈਂ ਸੁਣਦੀ ਤੇ ਹੈਗੀ ਆ ਨਾ, ਉਸ ਟਾਈਮ ਹੋ ਗਿਆ ਸੀ ਸਾਇੰਸ ਤੇ ਮੈਥ ਦੇ ਨਾ ਉਸੇ ਟਾਈਮ ਪੇਪਰ ਚੈੱਕ ਕਰਕੇ ਭੇਜੋ ਉੱਥੇ। ਇਹ ਸਾਰੇ ਨਾਲ ਅੱਛੀ ਗੱਲ ਹੋਈ ਨਾ, ਕਿਉਂਕਿ ਕਈ ਟੀਚਰ ਤੇ ਚੈੱਕ ਹੀ ਨਹੀਂ ਕਰਦੇ ਸੀ ਪੇਪਰ, ਭਈ ਉਹ ਇੱਕ ਦੂਜੇ ਨੂੰ ਵੇਖ ਕੇ ਵੀ ਇਨਕੁਆਇਰੀ ਕਰ ਜਾਂਦੇ ਸੀ ਕਿ ਉਦੋਂ ਏਦਾਂ ਡੇਟ ਨਹੀਂ ਸੀ ਦਿੰਦੇ ਕਿ ਨਹੀਂ ਡੇਟ ਨੂੰ ਪੇਪਰ ਦੇ ਦਿਓ ਨਾ। ਉਹ ਤੇ ਫਿਰ ਕਈ ਵਾਰੀ ਅਗਲੇ ਸਾਲ ਤੱਕ ਉਦਾਂ ਹੀ ਬਣਦੇ ਬੰਦ ਪਏ ਰਹਿੰਦੇ ਸੀ, ਸੱਚਮੁੱਚ ਪਏ ਰਹਿੰਦੇ ਸੀ। ਮਤਲਬ ਬਕਾਇਦਾ ਜਿਸ ਤਰ੍ਹਾਂ ਰਾਈਟਿੰਗ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਅੱਛਾ ਫਿਰ ਬੱਚਿਆਂ ਨੂੰ ਕੀ ਹੈ ਕਿ ਟੇਬਲ ਜਿਹੜੀ ਦੇ ਪੜਾਹਾ ਪਹਾੜੇ ਜਿਹੜੇ ਆ ਇੱਦਾਂ ਦੀਆਂ, ਹਾਲੇ ਵੀ ਵੱਡੀ ਕਲਾਸ 'ਚ ਬੱਚੇ ਪਹੁੰਚ ਜਾਂਦੇ, ਬੱਚਿਆਂ ਨੂੰ ਨਹੀਂ ਆਉਂਦੇ। ਇਹਦੀ ਰੈਪੀਟੀਸ਼ਨ ਵਾਰ ਵਾਰ ਹੋਣੀ ਚਾਹੀਦੀ ਹੈ। ਬਾਕੀ ਮੈਂ ਨਹੀਂ ਪਤਾ ਮੈਂ ਠੀਕ ਹਾਂ ਕਿ ਗਲਤ। ਬਿਲਕੁਲ ਤੁਸੀਂ ਠੀਕ ਹੋ। ਇਹਦਾ ਰੀਜ਼ਨ ਇਹ ਹੈ ਕਿ ਬੱਚੇ ਜਿਹੜੇ ਆ ਉਹ ਅੱਜ ਦੀ ਸਮੇਂ ਦੇ ਵਿੱਚ ਮੋਬਾਈਲ ਟੀਵੀ ਦੇ ਨਾਲ ਜ਼ਿਆਦਾ ਜੁੜ ਗਿਆ। 2 GB ਡਾਟਾ ਉਹਨਾਂ ਨੂੰ ਦਿਹਾੜੀ ਦੇ ਵਿੱਚ ਸੋਚਣ ਦਾ ਸਮਾਂ ਹੀ ਨਹੀਂ ਦਿੰਦਾ ਕਿ ਉਹ ਜ਼ਿਆਦਾਤਰ ਬੱਚੇ ਇੱਧਰ ਨੂੰ ਜੁੜ ਗਏ। ਔਰ ਆਨਲਾਈਨ ਜਿਹੜੇ ਆ ਜਦੋਂ ਦਾ ਕੋਵਿਡ ਦਾ ਦੌਰ ਚੱਲਿਆ, ਇਸ ਤੋਂ ਬਾਅਦ ਬੱਚੇ ਹੋਰ ਸਗੋਂ ਵੇਸਲੇ ਹੋਏ। ਜਿਹੜੇ ਅੱਜ ਕੱਲ੍ਹ ਦੇ ਅਧਿਆਪਕ ਸਾਹਿਬਾਨ ਨੇ, ਕੋਈ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਤੁਸੀਂ ਸੁਨੇਹਾ ਜਾਂ ਉਹਨਾਂ ਨੂੰ ਕੋਈ ਭੈਣਾਂ ਭਰਾਵਾਂ ਨੂੰ ਕੋਈ ਗੱਲ ਬੱਚਿਆਂ ਨੂੰ ਕਹਿਣੀ ਚਾਹੋਗੇ? ਬਸ ਜੀ, ਬੱਚੇ ਵੀ ਲਗਨ ਨਾਲ ਪੜ੍ਹਨ, ਪਿਆਰ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਦਿਸ਼ਾ ਮੋੜੀ ਜਾਏ। ਜੇ ਦਿਸ਼ਾ ਤੁਹਾਡੀ ਠੀਕ ਹੈ ਨਾ ਤਾਂ ਦਸ਼ਾ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਇੱਕ ਪੌਦਾ ਲਗਾਉਂਦੇ ਹਾਂ, ਮੈਂ ਹਮੇਸ਼ਾ ਉਹ ਮਨੀ ਪਲਾਂਟ ਹੀ ਲਾਇਆ ਹੈ, ਉਹਦੀ ਘੜੀ ਘੜੀ ਵਾਰ ਵਾਰ ਇੱਦਾਂ ਦਾ ਮੋੜਦੀ ਰਹਿੰਦੀ ਹੈ, ਕਦੀ ਧੱਗ ਬੰਨਦੀ ਰਹਿੰਦੀ। ਉਹ ਮੈਨੂੰ ਕੱਲ੍ਹ ਪਰਸੋਂ ਵੀ ਕਿਸੇ ਨੇ ਮਜ਼ਾਕ ਜਿਹਾ ਕੀਤਾ, ਮੈਂ ਕਿਹਾ ਦੇਖੋ ਸਾਡਾ ਮਨ ਵੀ ਹੈ, ਜੇ ਮਨ ਦੀ ਆਪਾਂ ਦਿਸ਼ਾ ਬਦਲ ਲਈ, ਅੱਛੇ ਪਾਸੇ ਦਿਸ਼ਾ ਮੰਨ ਲਈ ਤੇ ਦਸ਼ਾ ਤੇ ਆਪੇ ਚੰਗੀ ਹੋ ਜਾਣੀ। ਅਸੀਂ ਐਵੇਂ ਕਲਪੀ ਜਾਈਏ, ਅਸੀਂ ਵੀ ਕਿਸਾਨ ਟਾਈਪ ਆ, ਉਹਨਾਂ ਨੇ ਪੌਦੇ ਲਗਾ ਰਹੇ, ਉਹ ਪੌਦੇ ਲਗਾ ਰਹੇ ਆ, ਫਸਲਾਂ ਲਾ ਰਹੇ ਆ, ਇਹ ਵੀ ਸਾਡੀ ਫਸਲ ਹੈ। ਮੈਂ ਕੱਲ੍ਹ ਕਿਸੇ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮੇਰੇ ਕੋਲ ਮੇਰੇ ਹੁਣ ਤਾਂ ਬੱਚੇ ਕਹਿੰਦੇ ਵੀ ਸ਼ਰਮ ਆਉਂਦੀ ਹੈ ਵੀ ਮੇਰੇ ਸਟੂਡੈਂਟਸ ਆਏ, ਉਹ ਕਹਿੰਦੇ ਮੈਡਮ ਤੁਹਾਡੀ ਸਾਰੀ ਸਾਰੀ ਕਮਾਈ ਤੁਹਾਨੂੰ ਹੁਣ ਮਿਲੀ ਹੈ। ਉਹਨੇ ਇਹ ਸ਼ਬਦ ਕਿਹਾ ਟੀਚਰ ਨੇ ਮੈਨੂੰ, ਕਹਿੰਦੇ ਮੈਡਮ ਤੁਹਾਨੂੰ ਵਧਾਈ ਕਿ ਉਹ ਕਮਾਈ ਤਾਂ ਅਸੀਂ ਨਾਲ ਨਹੀਂ ਲੈ ਕੇ ਜਾਣੀ, ਇਹ ਕਮਾਈ ਤੁਹਾਨੂੰ ਮਿਲੀ ਹੈ। ਇਸ ਕਰਕੇ ਮੈਂ ਤਾਂ ਪ੍ਰਾਰਥਨਾ ਕਰਦੀ ਹਾਂ ਕਿ ਸਾਰੇ ਟੀਚਰ, ਵੈਸੇ ਅੱਜ ਕੱਲ੍ਹ ਬਹੁਤ ਮਿਹਨਤੀ ਹੋ ਹੀ ਗਏ ਨੇ, ਸਰਕਾਰ ਨੇ ਵੀ ਬਣਾ ਦਿੱਤੇ ਨੇ, ਲੇਕਿਨ ਸੱਚੇ ਮਨ ਦੇ ਨਾਲ ਪੜ੍ਹਾਓ, ਸੱਚੇ ਮਨ ਦੇ ਨਾਲ ਕਰਾਓ। ਜਿੱਦਾਂ ਅਸੀਂ ਆਪਣੇ ਬੱਚੇ ਲਈ ਕਿੰਨੀ ਮਿਹਨਤ ਕਰਦੇ ਹਾਂ, ਕਰਨੇ ਹਾਂ ਨਾ, ਕੁੱਟਦੇ ਵੀ ਹਾਂ, ਮਾਰਦੇ ਵੀ ਹਾਂ, ਕਈ ਵਾਰੀ ਡਾਂਟ ਵੀ ਦਿੰਦੇ ਹਾਂ। ਇਸ ਕਰਕੇ ਸੱਚੇ ਮਨ ਦੇ ਨਾਲ ਪੜ੍ਹਾਓ। ਅਤੇ ਬਾਕੀ ਸਾਰੇ ਵੈਸੇ ਟੀਚਰ ਅੱਛੇ ਹੀ ਹੈ ਅੱਜ ਕੱਲ੍ਹ, ਠੀਕ ਹੈ ਨਾ। ਉਹਨਾਂ ਨੂੰ ਮੈਂ ਇਹੀ ਕਹਾਂਗੀ ਕਿ ਤੁਸੀਂ ਬੱਚਿਆਂ ਨੂੰ ਕੀ ਕਹੋਗੇ? ਬੱਚਿਆਂ ਨੂੰ ਜ਼ਰੂਰ ਕੋਈ ਮੈਸੇਜ ਦਿਓ। ਬੱਚਿਆਂ ਨੂੰ ਮੈਂ ਇਹ ਕਹਾਂਗੀ ਕਿ ਜਿਸ ਤਰ੍ਹਾਂ ਮਾਂ-ਬਾਪ ਡਾਂਟ ਲੈਂਦੇ ਆ ਤੇ ਉਸੇ ਟਾਈਮ ਫਿਰ ਪਿਆਰ ਕਰ ਲੈਂਦੇ ਆ, ਚੁੰਮ ਚੱਟਦੇ ਨੇ, ਮਾਰਦੇ, ਡਾਂਟਦੇ ਨੇ, ਪੜ੍ਹਨ ਤੋਂ ਵੀ ਮਾਰਦੇ ਨੇ, ਰੋਟੀ ਨਹੀਂ ਖਾਂਦੇ ਮਾਰਦੇ ਨੇ, ਕਿਸੇ ਕਰਕੇ ਕਿਸੇ ਝਿੜਕਾਂ ਮਾਰਦੇ ਨੇ। ਜੇ ਝਿੜਕਾਂ ਮਾਰਦੇ ਨੇ ਮਾਇੰਡ ਬਿਲਕੁਲ ਨਾ ਕਰੋ, ਇਹ ਸੋਚੋ ਕਿ ਸਾਡੀ ਜ਼ਿੰਦਗੀ ਨੂੰ ਸੁਵਾਰਨ ਵਾਸਤੇ ਟੀਚਰ ਹੈਗੇ ਨੇ। ਕੋਈ ਹੋਰ ਗੱਲ ਤੁਸੀਂ ਕਰਨੀ ਚਾਹੋਗੇ? ਤੁਹਾਨੂੰ ਤੁਹਾਡੇ ਦਿਲ 'ਚ ਹੋਵੇ ਕੋਈ ਗੱਲ ਜ਼ਰੂਰ ਕਰ ਸਕਦੇ। ਮੈਂ ਦਿਲ 'ਚ ਇਹ ਗੱਲ ਕਰਨੀ ਚਾਹੁੰਦੀ ਹਾਂ ਕਿ ਅਸੀਂ 3 ਭੈਣਾਂ ਸੀ ਜੀ, ਸਭ ਨਾਲ ਛੋਟੀ ਮੈਂ ਸੀ। ਅੱਛਾ ਜੀ। ਅਤੇ ਸਾਡੇ ਘਰ ਦਾ ਬ੍ਰਦਰ ਨਹੀਂ ਸੀ, ਸਾਡੇ ਘਰ ਦਾ ਮਾਹੌਲ ਬਹੁਤ ਟਾਈਟ ਸੀ। ਮੇਰੇ ਪਿਤਾ ਜੀ ਇਹ ਸੋਚਦੇ ਸੀ ਕਿ ਜੇ ਮੈਂ ਕੁੜੀਆਂ ਨੂੰ ਪੜ੍ਹਾਤਾ ਅਤੇ ਮੁੰਡੇ ਚੰਗੇ ਨਹੀਂ ਲੱਭਣੇ, ਅਮੀਰ ਨਹੀਂ ਲੱਭਣੇ। ਅਤੇ ਵੈਦ ਸੀਗੇ, ਸਿਰਫ 4 ਆਨੇ ਇੱਕ ਕੁੜੀ ਦਾ ਲੈਂਦੇ ਸੀ। ਸਾਡਾ ਘਰ ਬਹੁਤ ਛੋਟਾ ਸੀ, ਮਤਲਬ ਸੋਚ ਲਓ ਕਿ ਡਿਸਿਪਲਿਨ ਘਰ ਸੀਗਾ, ਕੋਈ ਐਸ਼ ਨਹੀਂ ਸੀ, ਕੋਈ ਮੌਜ ਨਹੀਂ ਸੀ। ਜਿਹੜੇ ਅੱਜ ਕੱਲ੍ਹ TV ਜੇ ਵੋ ਜੋ ਕੁਛ ਵੀ ਜੋ ਵੀ ਕੁਛ ਹੈ ਖਾਣ ਪੀਣ ਵੱਲ ਜੋ ਵੀ, ਅਸੀਂ ਬੜੇ ਸੰਗੁਚਿਤ ਸੀਗੇ। ਲੇਕਿਨ ਕੀ ਹੋਇਆ ਕਿ ਸਾਨੂੰ ਅੱਛੇ ਘਰ ਮਿਲੇ, ਪਰ ਸਾਡੀ ਮੇਰੀ ਪੜ੍ਹਾਈ ਵੀ ਨਹੀਂ ਸੀ ਹੋਣੀ, ਮੈਂ ਤਾਂ ਪੜ੍ਹਾਉਣਾ ਨਹੀਂ ਸੀ ਕਿਸੇ ਨੇ। ਮੇਰੀ ਸਿਸਟਰ ਨੂੰ 9ਵੀਂ 'ਚੋਂ ਹਟਾ ਲਿਆ, ਵੱਡੀ ਨੂੰ। ਦੂਸਰੀ ਬਹੁਤ ਲਾਇਕ ਸੀਗੀ, 98% ਨੰਬਰ ਲੈਂਦੀ ਸੀਗੀ, ਉਹਨੂੰ ਪਿਤਾ ਹੀ ਕਹਿੰਦੇ ਸੀ ਨਹੀਂ ਪੜ੍ਹਾਉਣਾ। ਉਹ ਕਲਪਦੀ ਰਹੀ, ਸੁਦੇਸ਼ ਉਹਦਾ ਨਾਮ ਸੀ, ਅਤੇ ਉਹ ਬਹੁਤ ਕੋਸ਼ਿਸ਼ ਕੀਤੀ। ਟੀਚਰਾਂ ਨੇ ਵੀ ਕਿਹਾ ਕਿ ਅਸੀਂ ਫੀਸ ਦੇਵਾਂਗੇ, ਪਰ ਪਿਤਾ ਹੀ ਕਹਿੰਦੇ ਸੀ ਨਹੀਂ। ਅਤੇ ਮੈਨੂੰ ਮੇਰੀਆਂ ਪੜ੍ਹਾਉਣ ਵਾਲੀਆਂ ਮੇਰੇ ਭੈਣਾਂ ਹੀ ਨੇ। ਅੱਛਾ ਜੀ। ਉਹ ਅਚਾਨਕ ਹੀ ਆਈਆਂ, ਰਾਤ ਦਾ ਟਾਈਮ ਸੀ, ਅਤੇ ਕਹਿੰਦੀਆਂ ਕੋਈ ਕੋਈ ਜੇਬ ਠੀਕ ਹੁੰਦੀ ਹੈ ਅਤੇ ਉਹ 'ਚ ਤੁਸੀਂ ਆਪਣੇ ਬੇਟੀ ਨੂੰ ਪਾ ਦਿੰਦੇ ਹਾਂ, ਭੈਣ ਨੂੰ ਪਾ ਦਿੰਦੇ ਹਾਂ। ਮੇਰੇ ਪਿਤਾ ਜੀ ਨਹੀਂ ਮੰਨੇ, ਉਹਨਾਂ ਨੇ ਚੋਰੀ ਫਾਰਮ ਭਰੇ ਮੇਰੇ, ਅਤੇ ਮੈਨੂੰ ਸੀਟ ਨਹੀਂ ਮਿਲੀ। ਇੱਕ ਕਮਲਾ ਸ਼ਰਮਾ ਜੀ ਹੁੰਦੇ ਸੀਗੇ BO, ਉਹ ਸਾਡੇ ਕੰਟੈਕਟ ਵਿੱਚ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਮੈਨੂੰ ਵੇਟਿੰਗ ਲਿਸਟ 'ਚ ਮੇਰਾ ਨਾਮ ਆ ਗਿਆ ਅਤੇ ਮੈਨੂੰ ਸੀਟ ਮਿਲੀ।
ਅੱਜ ਮੈਂ ਉਹਨਾਂ ਦੀ ਕਮਾਈ ਹੀ ਖਾ ਰਹੀ। ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਜ਼ਿੰਦਗੀ ਚ ਰੀਝ ਸੀ ਕਿ ਤੁਹਾਨੂੰ ਜ਼ਰੂਰ ਕਦੇ ਤੁਹਾਡੇ ਦਰਸ਼ਨ ਕਰਨੇ ਆ, ਤੇ ਮੈਂ ਸੋਚਿਆ ਨਹੀਂ ਸੀ ਕਦੇ ਇੱਦਾਂ ਹੀ ਮਿਲਾਪ ਹੋ ਜਾਊਗਾ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। 18 ਸਾਲ ਤੁਸੀਂ ਬੋਪਾ ਰਾਮੀ ਕੀਤੀ ਸੇਵਾ, ਉਦੋਂ ਦੇ ਤੁਸੀਂ ਦੇਖ ਲਓ ਵੀ ਕਦੋਂ ਦੇ ਇੱਥੇ ਆਏ ਹੋਏ ਆ। ਸਨ 93-94 ਚ ਤੁਸੀਂ ਉੱਥੋਂ ਆ ਗਏ, ਤੁਹਾਡੇ ਤੋਂ ਪੜ੍ਹੇ ਬੱਚੇ ਅੱਜ ਵੀ ਤੁਹਾਨੂੰ ਯਾਦ ਕਰਦੇ ਆ, ਰਿਸਪੈਕਟ ਦੇ ਨਾਲ ਤੁਹਾਨੂੰ ਯਾਦ ਕਰਦੇ ਆ ਬੋਪਾ ਰਾਮਾ ਦੇ। ਉਹਨਾਂ ਤੋਂ ਸੁਣ ਕੇ ਹੀ ਅਸੀਂ ਤੁਹਾਡੇ ਤੱਕ, ਮਤਲਬ ਮੈਂ ਕਿਹਾ ਨਹੀਂ ਜ਼ਰੂਰ ਕਦੇ ਵਿਸ਼ਵਾਸ ਹੀ ਨਹੀਂ ਕਰ ਸਕਦੇ ਕਿ ਬਈ ਮੈਂ ਤਾਂ ਜੋ ਕਿਤਾਬਾਂ ਸੀ ਪੜ੍ਹਾਤਾ ਲੇਕਿਨ ਬੱਚਿਆਂ ਨੂੰ ਅੱਛਾ ਲੱਗਾ। ਸਾਰੇ ਬੱਚਿਆਂ ਨੂੰ ਮੇਰਾ ਆਸ਼ੀਰਵਾਦ ਹੈ, ਸਾਰੇ ਬੱਚਿਆਂ ਨੂੰ ਮੇਰਾ ਪਿਆਰ ਹੈ। ਠੀਕ ਹੈ, ਕਹਿੰਦਾ ਉਹ ਉੱਨਤੀ ਕਰਨ ਅਤੇ ਮੈਨੂੰ ਇਸ ਤਰ੍ਹਾਂ ਹੀ ਮਿਲਦੇ ਰਹਿਣ। ਅਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਵੀ ਤੁਸੀਂ ਇੰਨੀ ਜ਼ਿਆਦਾ ਕਿਸ ਤਰ੍ਹਾਂ ਮੇਰੇ ਬਾਰੇ ਅੱਛਾ ਸੋਚਿਆ ਹੈ। ਨਹੀਂ, ਬਹੁਤ ਬਹੁਤ ਮਿਹਰਬਾਨੀ ਜੀ। ਜਿਹੜੇ ਵੀ ਸਾਡੇ ਭੈਣਾਂ ਭਰਾ ਸਾਡੇ ਤੋਂ ਵੱਡੇ ਸਾਡੀ ਉਮਰ ਦੇ, ਜਿਹੜੇ ਵੀ ਕੋਈ ਮੈਮ ਹੋਣਾ ਦੇ ਸਟੂਡੈਂਟ ਰਹੇ ਨੇ, ਜਿਹੜੇ ਵੀਡੀਓ ਦੇਖਦਿਆਂ ਸਾਰ ਜੀ ਲਾਈਕ ਵਾਲਾ ਬਟਨ ਜ਼ਰੂਰ ਦੱਬਿਓ, ਸ਼ੇਅਰ ਕਰ ਦਿਓ। ਜਿਹੜੇ ਅੱਜ ਦੇ ਅਧਿਆਪਕ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਜ਼ਰੂਰ ਭੇਜਿਓ ਕਿ ਇੱਕ ਅਧਿਆਪਕ ਦੀ ਸੱਚੀ ਕਮਾਈ ਆਹ ਹੀ ਹੈ। ਮਤਲਬ ਇੰਨੇ ਜ਼ਿਆਦਾ ਬੱਚੇ ਹਜੇ ਵੀ ਪ੍ਰੇਮ ਕਰਦੇ, ਮੈਮ ਹੁਣੀ 2009 ਦੇ ਰਿਟਾਇਰ ਹੋਏ ਆ, ਤੋ ਹਜੇ ਵੀ ਬੱਚੇ ਬਹੁਤ ਯਾਦ ਕਰਦੇ ਅਤੇ ਪ੍ਰੇਮ ਕਰਦੇ ਆ, ਸਤਿਕਾਰ ਕਰਦੇ ਆ। ਸੋ ਜ਼ਰੂਰ ਬੱਚਿਆਂ ਦੇ ਨਾਲ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਕੋਈ ਸੇਧ ਮਿਲ ਸਕੇ। ਸਾਡਾ ਕੈਨਵਸ ਦਾ ਮਕਸਦ ਵੀ ਇਹੀ ਹੈ ਕਿ ਉਹ ਬੱਚਿਆਂ ਤੱਕ, ਨੌਜਵਾਨ ਪੀੜ੍ਹੀ ਤੱਕ ਪਹੁੰਚੇ ਕੋਈ ਚੀਜ਼, ਅਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ 'ਚ ਕੋਈ ਚੰਗਾ ਬਦਲਾਅ ਜਿਹੜਾ ਆ ਉਹ ਹੋ ਸਕੇ। ਆਪ ਸਭ ਦਾ ਧੰਨਵਾਦ, ਔਰ ਵੀਡੀਓ ਨੂੰ ਜਿਹੜਾ ਹੈ ਉਹ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹਾਂ। ਆਪ ਸਭ ਦਾ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।